ਇੱਦਾਂ ਸੀ ਜੀ ਕਿ ਮਿਤੀ 8/11 ਨੂੰ ਰਾਜੀ ਨਾਗਪਾਲ ਵੱਲੋਂ ਇੱਥੇ ਜਿਹੜੇ ਸ਼ਹਿਰ ਦੇ ਵਿੱਚ ਸਾਡੇ ਬਿਜ਼ਨਸਮੈਨ ਹੈਗੇ ਆੜ੍ਹਤ ਦਾ ਕੰਮ ਕਰਦੇ ਆ, ਇਹਨਾਂ ਵੱਲੋਂ ਸਾਨੂੰ ਸੂਚਿਤ ਕੀਤਾ ਗਿਆ ਕਿ ਸਾਨੂੰ ਇੱਦਾਂ ਦਾ ਮੈਨੂੰ ਇੱਕ ਲੈਟਰ ਆਈ ਹੈਗੀ ਆ ਜਿਹਦੇ ਵਿੱਚ 50 ਲੱਖ ਦੀ ਮੇਰੇ ਕੋਲ ਫਰੌਤੀ ਮੰਗੀ ਗਈ। 25 ਤਰੀਕ ਨੂੰ ਇਹ ਲੈਟਰ ਆਈ ਸੀ ਇਹਨਾਂ ਨੂੰ, ਉਹਨਾਂ ਨੇ 8/11 ਨੂੰ ਸਾਨੂੰ ਇਤਲਾਹ ਦਿੱਤੀ। ਸੋ ਇਹਦੇ ਵਿੱਚ ਉਹਨਾਂ ਨੇ ਫਰੌਤੀ ਮੰਗੀ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਲੈਟਰ ਪੈਡ ਦੇ ਉੱਤੇ ਨਾਮ ਲਿਖ ਕੇ, ਤਾਂ ਉਹਦੇ ਸੰਬੰਧ ਵਿੱਚ 50 ਲੱਖ ਰੁਪਏ ਦੀ ਫਰੌਤੀ ਮੰਗੀ। ਤਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਵੀ ਤੁਹਾਨੂੰ ਘਰ ਬੰਬ ਨਾਲ ਰਲਾ ਦਾਂਗੇ, ਤੁਹਾਨੂੰ ਗੋਲੀ ਮਾਰ ਦਾਂਗੇ ਜੇ ਤੁਸੀਂ ਪੈਸੇ ਨਾ ਦਿੱਤੇ। ਉਹ ਸਾਰੀ ਡਿਟੇਲ ਜਿਹੜੀ ਹੈਗੀ ਲੈਟਰ ਇਹਨਾਂ ਨੇ ਸਾਨੂੰ ਪੇਸ਼ ਕੀਤੀ, ਜਿਹਦੇ ਆਧਾਰ 'ਤੇ ਅਸੀਂ FIR ਲੌਜ ਕਰ ਲਈ ਜੀ ਇਸ ਸੰਬੰਧ ਵਿੱਚ, ਔਰ ਇਹਦੀ ਹੈਗੀ ਤਫਤੀਸ਼ ਫਰਦਰ ਜਾਰੀ ਕੀਤੀ। ਇਹਦੇ 'ਚ ਹੈਗਾ ਇਹਦੇ 4 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਆ। ਇੱਕ ਹੈਗੇ ਜਸਪਾਲ ਸਿੰਘ ਕੰਗ, ਸੰਦੀਪ ਸਿੰਘ, ਬਲਜੀਤ ਸਿੰਘ ਉਰਫ ਬੱਗਾ ਅਤੇ ਰਾਜਕੁਮਾਰ ਰਾਜੂ। ਜਸਪਾਲ ਸਿੰਘ ਕੰਗ ਦਾ ਜਿਹੜਾ ਹੈਗਾ ਹਾਲੇ ਤੱਕ ਇਸ ਸੰਬੰਧੀ ਜਿਹੜੀ ਹੈਗੀ ਹੈ ਇਹਦੀ ਅਰੈਸਟ ਕੀਤੀ ਗਈ ਕੱਲ੍ਹ ਨੂੰ। ਇਹਦੀ ਹੈਗਾ ਫਰਦਰ ਜਿਹੜੀ ਹੈ ਇੰਟੈਰੋਗੇਸ਼ਨ ਦੇ ਵਿੱਚ ਕਲੈਰਿਟੀ ਹੋ ਗਈ। ਹਾਲੇ ਤੱਕ ਜਿਹੜਾ ਹੈਗਾ ਕਿਸੇ ਪਾਰਟੀ ਸੰਬੰਧੀ ਸਾਨੂੰ ਇਹਦੇ ਬਾਅਦ 'ਚ ਹਾਲੇ ਸਾਹਮਣੇ ਨਹੀਂ ਆਈ ਗੱਲ ਕਿ ਇਹਦੀ ਕਿਸੇ ਨਾਲ ਐਫੀਲੇਸ਼ਨ ਸੀਗੀ। ਕਿਸ ਤਰ੍ਹਾਂ ਇਹਨੂੰ ਟਰੇਸ ਕੀਤਾ ਗਿਆ ਅਤੇ ਕੌਣ ਕੌਣ ਇਹਦੇ ਵਿੱਚ ਸ਼ਾਮਿਲ ਹੈਗੇ ਆ? ਇਹਦੇ 'ਚ ਟੋਟਲ 4 ਬੰਦੇ ਜੀ, ਜਸਪਾਲ ਸਿੰਘ ਕੰਗ, ਇਸਦਾ ਲੜਕਾ ਸੰਦੀਪ, ਇੱਕ ਤੁਹਾਨੂੰ ਦੱਸਿਆ ਬਲਜੀਤ ਸਿੰਘ ਉਰਫ ਬੱਗਾ, ਤਾਂ ਰਾਜਕੁਮਾਰ ਰਾਜੂ। ਬਲਜੀਤ ਬੱਗਾ ਜਿਹੜਾ ਇਹਨਾਂ ਦਾ ਡਰਾਈਵਰ ਆ, ਜਿਹੜਾ ਰਾਜੂ ਹੈਗਾ ਰਾਜਕੁਮਾਰ ਜਿਹੜਾ ਹੈਗਾ ਉਹ ਵੀ ਇਹਦੇ ਨਾਲ ਡਰਾਈਵਰ ਰਿਹਾ ਪਹਿਲਾਂ, ਤਾਂ ਕਾਫੀ ਐਸੋਸੀਏਟਿਡ ਆ, ਹੁਣ ਲਗਾਤਾਰ ਇਹਨਾਂ ਦੇ ਨਾਲ ਹੀ ਰਿਹਾ ਹੈਗਾ। ਤਾਂ ਉਹ ਦੋਨਾਂ ਦੇ ਇਹਨਾਂ ਦੀ ਪਲੈਨਿੰਗ ਦੇ ਨਾਲ ਇਹਨਾਂ ਨੇ ਕਹਿੰਦਾ ਜਿਹੜਾ ਹੈਗਾ ਪੈਸੇ ਤੋਂ ਜਿਹੜਾ ਹੈਗਾ ਕਾਫੀ ਜ਼ਿਆਦਾ ਇਹਨਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਆ ਰਹੀ ਸੀ, ਤਾਂ ਉਹਦੇ ਕਾਰਨ ਜਿਹੜਾ ਹੈਗਾ ਇਹਨਾਂ ਨੂੰ ਇਹ ਕੁਛ ਸਮਾਂ ਪਹਿਲਾਂ ਤੋਂ ਹੀ ਪੁਰਾਣਾ ਇੱਥੇ ਦੇ ਜਾਣਦਾ ਹੈਗਾ। ਤਾਂ ਉਹ ਇਸ ਪਹਿਲਾਂ ਵੀ ਕਾਫੀ ਸਾਲ ਪਹਿਲਾਂ ਇਹਨਾਂ ਆੜ੍ਹਤ ਦਾ ਵੀ ਕੰਮ ਕਰਦੇ ਰਹੇ, ਬਾਅਦ 'ਚ ਪ੍ਰੋਪਰਟੀ ਦਾ ਕੰਮ ਕਰਦੇ ਰਹੇ। ਤਾਂ ਉਹਦੇ ਵਿੱਚ ਇਹਨਾਂ ਨੇ ਪਲੈਨਿੰਗ ਕੀਤੀ ਕਿ ਵੀ ਇਹਨਾਂ ਇਸ ਬੰਦੇ ਤੋਂ ਪੈਸੇ ਆਪਾਂ ਫਰੌਤੀ ਮੰਗੀਏ। ਇਹ ਜਾਲੀ ਜਿਹੜਾ ਲੈਟਰ ਪੈਡ ਬੱਬਰ ਖਾਲਸਾ ਆ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਬਣਾ ਕੇ ਉਹ ਇਹਨਾਂ ਨੇ ਬਣਾ ਕੇ ਦਿੱਤਾ ਹੈਗਾ, ਤਾਂ ਉਹਦੇ ਬਿਹਾਫ ਦੇ ਉੱਤੇ ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਹੈਗੀ। ਇਹ ਇਹਨਾਂ ਨੇ ਜਿਹੜਾ ਹੈਗਾ ਜਿਹੜਾ ਜਿਹੜੇ ਬੰਦਿਆਂ ਦਾ ਜਿਹੜੇ ਕੰਪਲੇਨੈਂਟ ਸੀਗਾ ਇਹ ਬਹੁਤ ਜ਼ਿਆਦਾ ਸਹਿਮ ਗਿਆ ਸੀਗਾ ਇਸ ਮੈਟਰ ਦੇ ਵਿੱਚ, ਜਿਹਨਾਂ ਦੇ ਲੈਟਰ ਪਾਈ ਗਈ, ਇੱਕਦਮ ਡਰ ਦਾ ਮਾਹੌਲ ਬਣ ਗਿਆ ਸੀ ਉਹਨਾਂ ਦੇ ਘਰ ਦੇ ਵਿੱਚ। ਤਾਂ ਉਹਨਾਂ ਦੇ ਕਿਉਂਕਿ ਇਸ ਕਾਫੀ ਸਾਲ ਪਹਿਲਾਂ ਉਹਦੇ ਬੇਟੇ ਦੀ ਜਿਹੜੀ ਹੈਗੀ ਕਿਡਨੈਪਿੰਗ ਹੋਈ ਸੀਗੀ ਕੋਈ 5-6 ਸਾਲ ਪਹਿਲਾਂ, ਤਾਂ ਉਹ ਕਿਡਨੈਪਿੰਗ ਦੇ ਵਿੱਚ ਉਹ ਬੰਦੇ ਵੀ ਫੜੇ ਗਏ ਸੀਗੇ ਅਤੇ ਉਹਨਾਂ ਨੂੰ ਸਜ਼ਾ ਵੀ ਹੋ ਗਈ। ਤਾਂ ਉਸ ਸੰਬੰਧ ਵਿੱਚ ਉਹ ਕਾਫੀ ਉਹਨੇ ਇਸ ਡਰ ਦੇ ਮਾਹੌਲ ਸੀਗਾ, ਫਿਰ ਬਾਅਦ ਦੇ ਵਿੱਚ ਉਹਨੇ ਆਪਣਾ ਮਨ ਬਣਾ ਕੇ ਜਿਹੜਾ ਹੈਗਾ ਪੁਲਿਸ ਨੇ ਇਨਕੁਆਇਰੀ ਫਰੌਤੀ ਮੰਗਣ ਵਾਲੇ ਪਹਿਲਾਂ ਵੀ ਇਸ ਤਰ੍ਹਾਂ ਦੇ ਕੋਈ ਮਾਮਲੇ ਪੁੱਛ ਗਿੱਛ ਸਾਹਮਣੇ ਆਏ ਆ ਵੀ ਕੋਈ ਮਾਮਲੇ ਕੀਤੇ ਹੋਣ ਜਾਂ ਹੋਰ ਵੀ ਕੋਈ ਇਸ ਤਰ੍ਹਾਂ ਦੇ ਸੀ ਮਾਮਲੇ ਵਿੱਚ? ਇਹਨਾਂ ਬੰਦਿਆਂ ਤੋਂ ਜਿਹੜੀ ਹੈਗੀ ਇਸ ਸੰਬੰਧੀ ਜਿਹੜਾ ਹੈਗਾ ਇੱਕ ਪੁੱਛ ਗਿੱਛ ਹੋਰ ਆਇਆ ਕਿ ਇਹਨੇ ਹੋਰ ਵੀ ਜਿਹੜੀ ਹੈਗੀ ਲੈਟਰ ਲਿਖਵਾ ਕੇ ਜਿਹੜੀ ਹੈਗੀ ਆ ਬੰਦੇ ਦੇ ਘਰ, ਜਿਹੜਾ ਮੁਨੀਮ ਹੈ ਮੁੰਡਾ ਅਕਾਊਂਟਸ ਦਾ ਕੰਮ ਕਰਦਾ ਉਹ ਵੀ ਆੜ੍ਹ ਦੇ ਵਿੱਚ ਇਹਦੇ ਘਰ ਦੇ ਕਰੀਬ ਹੀ ਰਹਿੰਦਾ ਆ, ਇਹਦੇ ਜਸਪਾਲ ਕੰਗ ਦੇ ਉਹਦੇ ਘਰ ਇਹਦੇ ਹੈਗੀ ਸਿੱਟੀ ਹੈਗੀ ਲੈਟਰ, ਉਹ ਵੱਖਰੇ ਤੌਰ 'ਤੇ ਅਸੀਂ ਜਿਹੜਾ ਹੈਗਾ ਉਸ ਬੰਦੇ ਨੂੰ ਜਿਹੜਾ ਜਿਹਨਾਂ ਦੇ ਬਾਰੇ ਜ਼ਿਕਰ ਆਇਆ ਹੈਗਾ ਉਹਨਾਂ ਦੇ ਵੱਖਰੇ ਤੌਰ 'ਤੇ ਉਹਨਾਂ ਨੂੰ ਜਿਹੜਾ ਇਨਵੈਸਟੀਗੇਸ਼ਨ 'ਚ ਜੁਆਇਨ ਕਰਾਵਾਂਗੇ ਜੀ। ਕਿਉਂਕਿ ਹੈਗਾ ਇਹਦੇ ਵਿੱਚ ਕੀ ਆ ਕਿ ਇਹਨਾਂ ਦਾ ਪਲੈਨਿੰਗ ਸੀ ਕਿ ਹੋਰ ਵੀ ਅੱਗੇ ਇੱਦਾਂ ਦੇ ਵਾਰਦਾਤ ਕਰਨ ਦੀ, ਇਹਦੇ ਨਾਲ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਮਾਹੌਲ ਇੱਦਾਂ ਦਾ ਬਣ ਗਿਆ ਸੀਗਾ ਵੀ ਇਹ ਕਾਫੀ ਜ਼ਿਆਦਾ ਡਰ ਦਾ ਮਾਹੌਲ ਬਣਾ ਦਿੱਤਾ ਗਿਆ ਸੀ ਵਪਾਰੀ ਵਰਗ ਦੇ ਵਿੱਚ। ਅਸੀਂ ਜਿਹੜੇ ਇਸ ਕ੍ਰਾਈਮ ਦੇ ਵਿੱਚ ਜਿਹੜੀ ਲੈਟਰ ਤਿਆਰ ਕੀਤੀ ਗਈ ਜੀ, ਜਿਹੜੀ ਡਿਵਾਈਸ ਦੇ ਨਾਲ ਤਿਆਰ ਕੀਤੀ ਗਈ, ਅਸੀਂ ਜਿਹੜਾ ਹੈਗਾ ਉਹਦੇ ਵਿੱਚ ਹੁਣ ਡੈਰੋਗੇਸ਼ਨ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ ਉਹ ਸਾਰਾ ਅਸੀਂ ਰਿਕਵਰ ਕਰਾਂਗੇ। ਜਿਹੜਾ ਕ੍ਰਾਈਮ ਦੇ ਵਿੱਚ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਸੀ ਇਹਨਾਂ ਨੇ ਲੁਕਾ ਛੁਪਾ ਫਿਰ ਛੁਪਾ ਕੇ ਰੱਖਿਆ ਸੀਗਾ ਉਹ ਵੀ ਅਸੀਂ ਜਿਹੜਾ ਹੈਗਾ ਉਹਨੂੰ ਆਪਾਂ ਇਹਨਾਂ ਦੀ ਪੁੱਛ ਗਿੱਛ ਆ ਗਿਆ ਉਹ ਅਸੀਂ ਫਰਦਰ ਉਹਦੇ ਜਿਹੜਾ ਹੈਗਾ ਉਹਨੂੰ ਕਰਾਂਗੇ ਸਾਰਾ। ਹਾਂਜੀ ਸੰਗਤ ਬੜੀ ਚ ਪੈ ਗਈ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਇਸ ਤੋਂ ਮਾੜਾ ਕੋਈ ਦਿਨ ਨਹੀਂ ਹੋਣਾ ਸਾਡੇ ਜ਼ਿੰਦਗੀ 'ਚ।